ਹਾਂਜੀ ਵੈਲਕਮ ਜੀ ਆਪ ਸਭ ਦਾ ਪੰਜਾਬੀ ਮੀਸ਼ੀ ਚੈਨਲ ਦੇ ਉੱਤੇ ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਲੈ ਕੇ ਹਾਂ ਜਰ ਅੱਜ ਦੀਆਂ ਨਵੀਆਂ ਖਬਰਾਂ ਗੱਲ ਕਰਾਂਗੇ 3 ਸਤੰਬਰ ਦੀ ਤੇ ਦੇਖਦੇ ਹਾਂ ਜਿਹੜੀਆਂ ਨਵੀਆਂ ਤਾਜ਼ੀਆਂ ਅਪਡੇਟਸ ਸਭ ਤੋਂ ਪਹਿਲਾਂ ਵੀਰੋ ਗੱਲ ਕਰਦੇ ਅੱਜ ਦੇ ਕੇਸਿਸ ਦੀ ਹੈ ਜਿਟਲੀ ਦੇ ਵਿੱਚ 17668 ਕੇਸ ਜਿਹੜਾ ਆ ਨਵਾਂ ਆਇਆ ਇਸ ਤੋਂ ਇਲਾਵਾ ਜੇਕਰ ਗੱਲ ਕਰੀ ਅੱਜ ਤੇ 48 ਲੋਕਾਂ ਦੀ ਜਿਹੜੀ ਜਾਨ ਗਈ ਹੈ ਤੇ 29816 ਬੰਦਾ ਠੀਕ ਵੀ ਹੋਇਆ ਹੈ ਤੇ ਅੱਜ 152452 ਜਿਹੜੇ ਆ ਟੈਸਟ ਜਿਹੜੇ ਆ ਤੰਪੂਨੀ ਕੀਤੇ ਗਏ ਆ ਤਿਤੋਂ ਦੱਸ ਜਿਹੜੀ ਤਾਸੂ ਦੀ ਪੋਸਟੂਰ ਜਿਹੜੀ ਆ ਉਹ ਜਿਹੜੀ ਆ ਡਾਊਨ ਜਾ ਰਹੀ ਹੁਣ 11.6% ਜਿਹੜੀ ਅੱਜ ਦੀ ਆ ਇਹ ਤਾਂ ਹੈਗੀ ਆ ਜੀ ਆਪਣੀ ਗਿਣਤੀ ਇਸ ਤੋਂ ਬਾਅਦ ਚੱਲਦੀ ਆ ਆਪਾਂ ਹੁਣ ਹੋਰ ਅਗਲੀਆਂ ਅਪਡੇਟਸ ਦੇ ਵੱਲ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਜਨੂੰਨ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਨਾਲ ਜਿਹੜਾ ਬੈਲ ਆਈਕਨ ਹੁੰਦਾ ਨੂੰ ਦਬਾ ਲਿਆ ਕਰੋ ਤਾਂ ਕਿ ਤੇ ਨੋਟੀਫਿਕੇਸ਼ਨ ਜਿਹੜੀ ਵੀਡੀਓ ਦੀ ਆ ਜਿਹੜੀ ਵੀ ਅਸੀਂ ਅਪਲੋਡ ਕਰੀਏ ਉਹ ਮਿਲ ਜਾਇਆ ਕਰੇ ਦੇਖਦੇ ਹਾਂ ਜੀ ਅੱਜ ਦੀਆਂ ਹੋਰੀਆਂ ਅਪਡੇਟਸ ਅਗਲੀ ਜਿਹੜੀ ਆਪਣੀ ਅਪਡੇਟ ਆ ਰਹੀ ਹੈਗੀ ਜੂ ਹੈਗੀ ਆ ਬਿਜਲੀ ਦੇ ਉੱਤੇ ਇਸ ਵਕਤ ਇਟਲੀ ਦੇ ਵਿੱਚ ਜਿਹੜਾ ਰੇਟ ਹੈ ਲਗਾਤਾਰ ਗੈਸ ਦਾ ਵੀ ਵਾਧਾ ਜਾ ਰਿਹਾ ਤੇ ਜਿਹੜਾ ਬਿਜਲੀ ਦਾ ਰੇਟ ਹੈ ਇਹ ਵੀ ਜਿਹੜਾ ਲਗਾਤਾਰ ਜਿਹੜਾ ਹੈ ਵਾਧਾ ਜਾ ਰਿਹਾ ਇਹਦੇ ਉੱਤੇ ਹੁਣ ਜਿਹੜੀਆਂ ਪਾਰਟੀਆਂ ਜਿਵੇਂ ਕਿ ਇੱਕ ਤਾਂ ਇਲੈਕਸ਼ਨ ਹੋਣ ਵਾਲੇ ਆ ਤੇ ਹਰ ਪਾਰਟੀ ਜਿਹੜੀ ਇਸ ਨੂੰ ਮੇਨ ਮੁੱਦਾ ਆਪਣਾ ਬਣਾ ਰਹੀ ਹੈ ਕੋਈ ਕਹੇ ਰਿਹਾ ਅਸੀਂ ਬਿਜਲੀ ਸਸਤੀ ਕਰਾਂਗੇ ਕੋਈ ਕਹੇ ਰਿਹਾ ਅਸੀਂ ਗੈਸ ਸਸਤੀ ਕਰਾਂਗੇ ਪਰ ਕਰਾਂਗੇ ਕਿੱਦਾਂ ਦੇ ਰਿਹਾ ਤੇ ਜੇਕਰ ਵੀਰੋ ਗੱਲ ਕਰੀ ਆਪਾਂ ਮਤੀਓ ਸਲਵਿਨੀ ਹੁਣਾਂ ਦੀ ਤੇ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਇਹ ਕਹਿ ਰਿਹਾ ਵੀ ਇਸ ਵਕਤ ਜਿਹੜਾ ਇਹ ਜਿਹੜਾ ਜੋ ਵੀ ਕੰਮ ਹੋ ਰਿਹਾ ਆ ਪੂਰੀ ਯੂਰਪ ਦੇ ਨਾਲੇ ਹੋ ਰਿਹਾ ਆ ਜਿਸ ਯੂਰਪ ਨੇ ਜਿਹੜੀ ਹੈ ਸਜ਼ਾਵਾ ਲਾਈਆਂ ਰਸ਼ੀਆ ਨੂੰ ਰਸ਼ੀਆ ਦੇ ਦੇ ਵਿੱਚ ਜਿਹੜੀ ਸਜ਼ਾ ਲੈ ਕੇ ਵੀ ਕਮਾਈ ਕਰ ਰਿਹਾ ਆ ਪਰ ਜਿਹੜੇ ਯੂਰਪ ਨੇ ਸਜ਼ਾ ਜਿਹੜੇ ਲਾਈ ਹੈ ਉਹ ਇਹਨਾਂ ਦੇ ਹਾਲਾਤ ਜਿਹੜੇ ਲਗਾਤਾਰ ਖਰਾਬ ਹੁੰਦੇ ਜਾ ਰਹੇ ਆ ਤੇ ਸਲਵਿਨੀ ਦੇ ਨਾਲ ਤੇ ਬਿਆਨ ਆ ਉਹ ਕਹਿ ਰਿਹਾ ਵੀ ਇਸ ਵਕਤ ਇਹ ਜਿਹੜੀਆਂ ਸਜ਼ਾਵਾ ਜੋ ਵੀ ਕੀਤਾ ਯੂਰਪ ਨੇ ਲਾਇਆ ਆ ਤੇ ਇਸ ਵਕਤ ਯੂਰਪੀ ਜਿਹੜਾ ਇਹ ਜਿਹੜੀ ਮਾਰ ਜਿਹੜ ਇਹ ਨੂੰ ਯੂਰਪ ਨੂੰ ਚਾਹੀਦਾ ਹੈ ਵੀ ਯੂਰਪ ਆਪਣੀ ਫੈਮਿਲਿਸ ਜਿਹੜੀ ਇੱਥੇ ਸਾਡੀਆਂ ਫੈਕਟਰੀਜ਼ ਇੰਡਸਟਰੀਜ਼ ਆ ਉਹਨੂੰ ਕਿੱਦਾਂ ਬਚਾਉਂਦਾ ਆ ਇਹ ਯੂਰਪ ਦੀ ਜਿਹੜੀ ਹੈ ਜ਼ਿੰਮੇਵਾਰੀ ਬੰਦੀ ਆ ਉਸ ਤੋਂ ਲਾਹੋਂ ਉਹਨਾਂ ਨੇ ਹੋਰ ਵੀ ਕਈ ਜਿਹੜੇ ਮੁੱਦੇ ਚੱਕੇ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਇਸ ਵਕਤ ਜਿਹੜੀ ਨਵੀਂ ਸਰਕਾਰ ਬਾਨੀ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਵੀ ਬਣੇਗੀ ਵੀ ਫੈਮਿਲਿਸ ਨੂੰ ਪ੍ਰੈਸ ਜਿਹੜੇ ਉਹਨਾਂ ਨੂੰ ਬਚਾਇਆ ਜਾਵੇ ਕਿਉਂਕਿ ਇਸ ਤੋਂ ਲਾਹੋਂ ਕਹਿ ਰਹੇ ਵੀ ਇਸ ਦੀ ਇਟਲੀ ਵਿੱਚ ਜਿਹੜੀ ਕੋਈ ਵੀ ਜਿਹੜੀ ਡਿਵੈਲਪਮੈਂਟ ਜਿਹੜੀ ਨਹੀਂ ਹੋ ਰਹੀ ਹੈਗੀ ਕੋਈ ਇੱਥੇ ਮਿਨੀਮਮ ਸੈਲਰੀ ਨਹੀਂ ਹੈਗੀ ਨਾ ਹੀ ਇੱਥ ਇਸ ਤੋਂ ਇਲਾਵਾ ਜੀ ਜਿਹੜੀ ਸਾਰੀ ਚੀਜ਼ ਜੋ ਵੀ ਹੋਈ ਹੈ ਬੇਸਬਕ ਪ੍ਰੋਬਲਮ ਜਿਹੜੀ ਪਈ ਹੈ ਜਿਹੜੇ ਇਟਲੀ ਦੇ ਮੰਤਰੀ ਯਮਾਟਰੇਲਾ ਜਿਹੜੇ ਇਟਲੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦਾ ਅੱਜ ਇੱਕ ਉਹਨਾਂ ਨੇ ਇੱਕ ਇੱਕ ਅਰਜੈਂਟ ਜਿਹੜੀ ਹੈ ਅਪੀਲ ਕੀਤੀ ਹੈ ਇੱਕ ਅਰਜੈਂਟ ਜਿਹੜੀ ਹੈ ਅਪੀਲ ਪੂਰੀ ਯੂਰਪੀਅਨ ਯੂਨੀਅਨ ਨੂੰ ਕੀਤੀ ਹੈ ਉਹ ਕਹਿ ਰਿਹਾ ਹੈ ਕਿ ਜਿਸ ਵਕਤ ਅਸੀਂ ਕੋਵਿਡ ਦਾ ਮਹੌਲ ਚੱਲਦਾ ਸੀਗਾ ਮਾਹੌਲ ਉਸ ਵਕਤ ਵੀ ਇਟਲੀ ਨੇ ਹੈਲਪ ਮੰਗੀ ਸੀਗੀ ਯੂਰਪ ਦੇ ਕੋਲ ਤਾਂ ਕਿ ਇਟਲੀ ਦੇ ਵਿੱਚ ਜਿਹੜੀਆਂ ਫੈਮਲੀਜ਼ ਆ ਜਿਹੜੀਆਂ ਇੱਥੇ ਦੀਆਂ ਪ੍ਰੋਡਕਸ਼ਨ ਹਾਊਸ ਚਲਦੇ ਰਹਿਣ ਤੇ ਹੁਣ ਦੁਬਾਰਾ ਫਿਰ ਜਿਹੜੀ ਉਹਨਾਂ ਨੇ ਅਪੀਲ ਕੀਤੀ ਹੈ ਯੂਰਪ ਨੂੰ ਵੀ ਉਹ ਕਹਿ ਰਹੇ ਆ ਵੀ ਯੂਰਪ ਨੂੰ ਇਹਦੇ ਵਿੱਚ ਇੰਟਰਫੇਅਰ ਕਰਨਾ ਚਾਹੀਦਾ ਹੁਣ ਤੇ ਇਟਲੀ ਦੇ ਵਾਸਤੇ ਜੋ ਵੀ ਚੀਜ਼ਾਂ ਦੀ ਲੋੜ ਹੈ ਜੋ ਵੀ ਸਾਨੂੰ ਦੇਸ਼ ਚਲਾਉਣ ਦੇ ਵਾਸਤੇ ਲੋੜ ਹੈ ਉਹਦੇ ਵਾਸਤੇ ਸਾਡੀ ਹਰ ਪੀੜੀ ਕਰਨ ਦੀ ਇਸ ਵਕਤ ਲੋੜ ਹੈ ਤੁਹਾਨੂੰ ਇਸ ਅਪੀਲ ਤੋਂ ਬਾਅਦ ਮਾਤਰੇਲਾ ਦੀ ਜਿਹੜੀ ਇਹ ਗੱਲ ਹੈ ਹੁਣ ਪੂਰੀ ਯੂਰਪ ਵਿੱਚ ਜਿਹੜੀ ਹੈ ਲੋਕ ਜਿਹੜੇ ਸੁਣ ਰਹੇ ਆ ਤੇ ਇਹਦੇ ਵਿੱਚ ਹੁਣ ਪੂਰੇ ਯੂਰਪ ਜਿਹੜਾ ਕੋਈ ਨਾ ਕੋਈ ਫੈਸਲਾ ਲੈ ਸਕਦੇ ਉਸ ਤੋਂ ਇਲਾਵਾ ਸਲਵਿਨੀ ਜਿਹੜੇ ਆ ਉਹਨਾਂ ਦਾ ਇੱਕ ਹੋਰ ਬਿਆਨ ਆਇਆ ਉਹ ਕਹਿ ਰਹੇ ਆ ਵੀ ਜਿਹੜੀਆਂ ਅਸੀਂ ਸਜ਼ਾਵਾਂ ਲਾਈਆਂ ਆ ਰਸ਼ੀਆ ਯੂਰਪ ਨੇ ਸਜ਼ਾ ਲਾਈ ਯਾ ਰਸ਼ੀਆ ਨੂੰ ਪਰ ਇਸ ਵਕਤ ਯੂਰਪ ਦਾ ਹੀ ਹਾਲਾਤ ਖਰਾਬ ਹੋ ਰਿਹਾ ਸੋ ਇਸ ਕਰਕੇ ਇਹਦਾ ਜਿਹੜਾ ਸਜ਼ਾ ਵੀ ਇੱਕ ਲਾਈ ਹੈ ਤੇ ਉਤੋਂ ਜਿਹੜਾ ਸਾਨੂੰ ਹੀ ਜਿਹੜਾ ਨੁਕਸਾਨ ਹੋ ਰਿਹਾ ਹੈ ਇਸ ਸਜ਼ਾ ਦਾ ਤੇ ਇਹਦੇ ਬਾਰੇ ਸਾਨੂੰ ਇੱਕ ਵਾਰ ਦੁਬਾਰਾ ਫਿਰ ਤੋਂ ਸੋਚ ਲੈਣਾ ਚਾਹੀਦਾ ਹੈ ਜੋ ਅਸੀਂ ਕੀਤਾ ਇਹ ਅਸੀਂ ਸਹੀ ਕਰ ਰਹੇ ਹਾਂ ਜਾਂ ਅਸੀਂ ਯੂਰਪ ਦਾ ਨੁਕਸਾਨ ਕਰਾ ਰਹੇ ਹਾਂ ਇਹ ਕਰਕੇ ਕਿਉਂਕਿ ਵੀਰੋ ਜਿਹੜੀ ਰਸ਼ੀਆ ਹੈ ਜੀ ਉਹਨਾਂ ਤੇ ਕੋਈ ਬਹੁਤਾ ਅਸਰ ਨਹੀਂ ਪਿਆ ਕਿਉਂਕਿ ਰਸ਼ੀਆ ਦੇ ਨਾਲ ਚਾਈਨਾ ਆ ਇੰਡੀਆ ਜਿਹੜਾ ਹੈ ਉਧਰਲੇ ਪਾਸੇ ਆ ਉਹ ਇਕੱਠੀਆਂ ਮਿਲ ਕੇ ਕੰਟਰੀ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਆਬਾਦੀ ਬਣ ਜਾਂਦੀ ਆ ਸੋ ਜੇ ਦੇ ਕਰਕੇ ਰਸ਼ੀਆ ਨੂੰ ਇਹ ਕਰ ਯੂਰਪੀ ਜਿਹੜਾ ਹੈ ਬੈਨ ਲਗਾਉਂਦਾ ਆ ਜਾਂ ਅਮਰੀਕਾ ਬੈਨ ਲਗਾਉਂਦਾ ਆ ਤੇ ਰਸ਼ੀਆ ਦੇ ਉੱਤੇ ਕੋਈ ਬਹੁਤ ਜ਼ਿਆਦਾ ਅਸਰ ਨਹੀਂ ਪੈਂਦਾ ਸੋ ਅਸਰ ਤਾਂ ਹੁੰਦਾ ਐ ਸੀ ਗੱਲ ਨਹੀਂ ਵੀ ਅਸਰ ਨਹੀਂ ਹੁੰਦਾ ਅਸਰ ਹੁੰਦਾ ਪਰ ਇੱਕ ਜਿਹੜਾ ਕਾਫੀ ਵੱਡਾ ਹਿੱਸਾ ਹੈ ਜਿਹੜਾ ਦੁਨੀਆ ਦਾ ਉਹ ਰਸ਼ੀਆ ਦੀ ਹੱਲੇ ਵੀ ਨਾਲ ਆ ਸੋ ਇਸ ਕਰਕੇ ਉਧਰੋਂ ਟ੍ਰੇਡ ਰਸ਼ੀਆ ਲਗਾਤਾਰ ਕਰਦਾ ਪਿਆ ਸੋ ਇਸ ਕਰਕੇ ਉਹਨੂੰ ਕੋਈ ਜ਼ਿਆਦਾ ਅਸਰ ਨਹੀਂ ਇਸ ਚੀਜ਼ ਦਾ ਹੋ ਰਿਹਾ ਇਸ ਤੋਂ ਬਾਅਦ ਵੀਰੋ ਗੱਲ ਕਰਦੇ ਆ ਜੇ ਆਪਾਂ ਅਗੀਆਂ ਅਪਡੇਟਸ ਇਟਲੀ ਦੇ ਵਿੱਚ ਅੱਜ ਇੱਕ ਹੋਰ ਘਟਨਾ ਵਾਪਰੀ ਐ ਇਹ ਜਿਹੜੀ ਘਟਨਾ ਜਿਹੜੀ ਅੱਜ ਕਾਰ ਵੀ ਲ ਅਜਿਹੀ ਇੱਕ 20 ਸਾਲ ਦੀ ਲੜਕੀ ਸੀ ਜਿਹਦੇ ਨਾਮ ਸਾਂਦਰਾ ਅਰਲੈਤੀ ਜਿਹੜੀ ਇੱਕ ਸਟੂਡੈਂਟ ਸੀਗੀ ਤਾਂ ਉਹ ਦੱਸਦੀ ਹੈ ਜੀ ਜਿਸ ਵਕਤ ਆਪਣੀ ਘਰੋਂ ਨਿਕਲੇ ਐ ਸ਼ਾਮ ਨੂੰ ਜੋਗਿੰਗ ਕਰਨ ਦੇ ਵਾਸਤੇ ਤੇ ਉਸ ਵਕਤ ਇੱਕ ਕਾਰ ਜਿਹੜੀ ਸੀਗੀ ਜਿਸ ਵਕਤ ਜੋਗਿੰਗ ਕਰ ਰਹੇ ਸੀਗੇ ਇਹਨਾਂ ਦੇ ਵਿੱਚ ਆ ਕੇ ਲੱਗੀ ਤੇ ਕਾਰ ਕਾਫੀ ਸਪੀਡ ਨਾਲ ਆ ਕੇ ਲੱਗੀ ਜਿਹਦੇ ਕਰਕੇ ਇਹਨਾਂ ਦੇ ਲੱਤਾਂ ਜਿਹੜੀਆਂ ਸੀਗੀਆਂ ਉਹਨਾਂ ਤੇ ਕਾਫੀ ਜਿਹੜੀਆਂ ਸੱਟਾਂ ਲੱਗੀਆਂ ਤੇ ਜਿਹੜਾ ਛਾਤੀ ਸੀਗੀ ਉਹਦੇ ਉੱਤੇ ਕਾਫੀ ਜਿਹੜੀਆਂ ਸੱਟਾਂ ਆਈਆਂ ਇਹਦੇ ਕਰਕੇ ਉਸ ਤੋਂ ਬਾਅਦ ਹਸਪਤਾਲ ਵਿੱਚ ਲੈ ਜਾ ਕੇ ਇਹਨਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਨਾਲ ਜਿਹੜੇ ਇਹਨਾਂ ਦਾ ਦੋਸਤ ਸੀਗਾ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਉਹ ਨੂੰ ਵੀ ਇਸ ਵਕਤ ਜਿਹੜਾ ਹਸਪਤਾਲ ਵਿੱਚ ਐਡਮਟਡ ਹੈ ਕੀਤਾ ਹੋਇਆ ਆ ਜਿਸ ਬੰਦੇ ਵੱਲੋਂ ਕਾਰ ਚਲਾਈ ਜਾ ਰਹੀ ਸੀ ਜੀ ਉਹ ਇੱਕ ਵੱਡੀ ਕਾਰ ਸੀ ਐਸਯੂਵੀ ਕਾਰ ਸੀ ਤੇ 60 ਸਾਲ ਦੀ ਬੰਦੇ ਦੀ ਉਮਰ ਸੀ ਤੇ ਟੈਸਟ ਨੈਗੇਟਿਵ ਹੀ ਆਇਆ ਉਹਦਾ ਸ਼ਰਾਬ ਵਾਲਾ ਤੇ ਹੁਣ ਪੁਲਿਸ ਪਤਾ ਕਰ ਰਹੀ ਆ ਵੀ ਕਿਸ ਹਿਸਾਬ ਦੇ ਨਾਲ ਇਹ ਘਟਨਾ ਵਾਪਰੀ ਆ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇੱਕ ਹੋਰ ਅਪਡੇਟ ਦੀ ਗਰੀਆਂ ਗਰੀਆਂਾਂ ਗਰੀਆਂਾਂਾਂ ਨੂੰ ਜਿਹੜਾ ਇਲਾਕਾ ਪਿੰਦਿਆ ਜੀ ਇਸ ਇਲਾਕੇ ਦੇ ਵਿੱਚ ਇੱਕ ਛੋਟਾ ਬੱਚਾ ਸੀ 13 ਸਾਲ ਦੀ ਲੜਕੀ ਸੀਗੀ 13 ਸਾਲ ਦੀ ਇਸ ਲੜਕੀ ਨੇ ਜਿਹੜਾ ਹੈ ਜੀ 13ਵੀਂ ਮੰਜ਼ਲ ਤੋਂ ਜਿਹੜੀ ਹੈ ਬਾਲਕਨੀ ਤੋਂ ਜਿਹੜੀ ਹੈ ਛਾਲ ਮਾਰ ਕੇ ਜਿਹੜੀ ਆਪਣੀ ਹਤਿਆ ਕਰ ਲਈ ਇਹ ਜਿਹੜੀ ਬੱਚੀ ਨੇ ਜਿਹੜੇ ਸੁਸਾਈਡ ਕੀਤਾ ਹੈ ਕਿਉਂਕਿ ਇਹਨੂੰ ਜਿਹੜਾ ਹੈ ਜੀ ਹੋਰ ਆਪਣੇ ਹੀ ਜਿਹੜੇ ਦੋਸਤ ਵਗੈਰਾ ਸੀ ਜਾਂ ਹੋਰ ਜਿਹੜੀਆਂ ਆਪਣੇ ਲੈਵਲ ਦੇ ਜਿਹੜੇ ਬੱਚੇ ਸੀ ਉਹਨਾਂ ਵੱਲੋਂ ਤੰਗ ਉਹ ਗੱਲ ਕੀਤਾ ਜਾਂਦਾ ਸੀਗਾ ਕਾਫੀ ਜ਼ਿਆਦਾ ਉਹਨੂੰ ਜਿਹੜਾ ਹੈ ਬੁਲੀਇਜ਼ਮ ਕੀਤਾ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਜਿਸ ਵਕਤ ਇਹ ਮਰਨ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਬॉयਫਰੈਂਡ ਸੀਗਾ 13 ਸਾਲ ਦੀ ਲੜਕੀ ਦਾ ਉਹਨੇ ਆਪਣੇ ਬॉयਫਰੈਂਡ ਨੂੰ ਮੈਸੇਜ ਵੀ ਕੀਤਾ ਵੀ ਮੈਂ ਮਰਨ ਜਾ ਰਹੀ ਹਾਂ ਇਹਦਾਂ ਕਰਕੇ ਸੋ ਜਿਹਦੇ ਕਰਕੇ ਪੁਲਿਸ ਨੂੰ ਪਤਾ ਲੱਗ ਗਿਆ ਵੀ ਇਹ ਬੱਚੀ ਨੇ ਆਪ ਸੁਸਾਈਡ ਕੀਤਾ ਇਸ ਤੋਂ ਬਾਅਦ ਵੀਰੂ ਗੱਲ ਕਰਦੇ ਹਾਂ ਜੇ ਅਗਲੀ ਅਪਡੇਟ ਦੀ ਯੂ ਐਸ ਏ ਦੇ ਵਿੱਚ ਕੁਝ ਨਾ ਕੁਝ ਹਮੇਸ਼ਾ ਨਵਾਂ ਹੁੰਦਾ ਤੇ ਅੱਜ ਇੱਕ ਹੋਰ ਉਸ ਨਵੀਂ ਇਨਫੋਰਮੇਸ਼ਨ ਆਈ ਹੈ ਇਹ ਜਿਹੜਾ ਘਟਨਾ ਵਾਪਰੀ ਹੈ ਇਹ ਜਿਹੜੀ ਅਪਡੇਟ ਆਈ ਹੈਗੀ ਮਿਸਿਸ ਸੀਪੀ ਜਿਹੜਾ ਇਲਾਕਾ ਪੈਂਦਾ ਯੂ ਐਸ ਏ ਦਾ ਉਹਦੇ ਵਿੱਚੋਂ ਆਈ ਹੈ ਬੇਸਿਕਲੀ ਜਿਹੜਾ ਪਾਇਲਟ ਹੈ ਜਿਹਨੇ ਕਿ ਪਹਿਲਾਂ ਇੱਕ ਜਹਾਜ਼ ਜਿਹੜਾ ਸੀਗਾ ਜਹਾਜ਼ ਚੋਰੀ ਕਰ ਲਿਆ ਛੋਟਾ ਚੋਰੀ ਕਰਨ ਤੋਂ ਬਾਅਦ ਜਿਸ ਵਕ ਜਹਾਜ਼ ਜਿਹੜਾ ਇਹਨਾਂ ਨੇ ਉਡਾ ਲਿਆ ਉਸ ਤੋਂ ਬਾਅਦ ਇਹ ਜਿਹੜਾ ਇੱਕ ਮਾਰਕੀਟ ਸੀਗੀ ਜਿਹੜੇ ਕਿ ਬੰਦਿਆਂ ਦੇ ਨਾਲ ਬਿਲਕੁਲ ਭਰੀ ਹੋਈ ਸੀਗੀ ਤੇ ਉਸ ਮਾਰਕੀਟ ਦੇ ਵਿੱਚ ਇਹਨਾਂ ਨੇ ਜਿਹੜਾ ਜਹਾਜ਼ ਦੇ ਰਾਹੀ ਜਿਹੜਾ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਮੈਂ ਮਾਰਕੀਟ ਦੇ ਵਿੱਚ ਆਪਣਾ ਜਹਾਜ਼ ਜਿਹੜਾ ਆ ਕ੍ਰੈਸ਼ ਕਰ ਦੇਣਾ ਕਈ ਜਿਹੜੇ ਪੈਂਡੋਸ ਦੇ ਲਾ ਉਤੇ ਜਿਹੜੇ ਸੀਗੇ ਜਹਾਜ਼ ਜਿਹੜਾ ਲਗਾਤਾਰ ਉਹ ਘੁੰਮਦਾ ਰਿਹਾ तकरीबन 5 ਘੰਟੇ ਜਹਾਜ਼ ਜਿਹੜਾ ਜਿੱਥੇ ਉਹ ਘੁੰਮਦਾ ਰਿਹਾ ਆ ਤੇ 5 ਘੰਟੇ ਹੀ ਲੋਕ ਖੜੇ ਥੱਲੇ ਸੀਗੇ ਉਹ ਡਰੇ ਰਹੇ ਵੀ ਇਸ ਬੰਦੇ ਨੇ ਕੀ ਪਤਾ ਕਿੱਥੇ ਜਿਹੜੇ ਜਹਾਜ਼ ਕ੍ਰੈਸ਼ ਕਰ ਦੇਣਾ ਤੇ 5 ਘੰਟੇ ਬਾਅਦ ਜਿਹੜਾ ਸੀਗਾ ਜਿਹਦਾ ਡੇਲ ਮੁੱਕ ਗਿਆ ਜਹਾਜ਼ ਦਾ ਤੇ ਇਹ ਜਿਹੜਾ ਜਹਾਜ਼ ਸੀਗੇ ਨੇ ਬੰਦੇ ਨੇ ਇੱਕ ਖੇਤਾਂ ਦੇ ਵਿੱਚ ਜਿਹੜਾ ਲੈਂਡ ਕਰ ਆਤਾ ਉਸ ਤੋਂ ਬਾਅਦ ਇਸ ਬੰਦੇ ਨੂੰ ਐਫਬੀ ਦੀ ਵੱਲੋਂ ਜਿਹੜਾ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਤੈਨੂੰ ਨਾਲ ਹੀ ਅਰੈਸਟ ਕਰ ਲਿਆ 3-5 ਘੰਟਿਆਂ ਦੇ ਚੱਲਦੇ ਆ ਪੁਲਿਸ ਨੂੰ ਜਿਹੜੀਆਂ ਜੀ ਸਾਰੀਆਂ ਸੜਕਾਂ ਬੰਦ ਕਰਨੀਆਂ ਪਈਆਂ ਜਿੰਨੇ ਵੀ ਰੈਜ਼ੀਡੈਂਟ ਉਥੇ ਸੀਗੇ ਉਹਨਾਂ ਸਾਰਿਆਂ ਨੂੰ ਕਿਹਾ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਹੋ ਜਾਓ ਬਈ ਇਹਨਾਂ ਦਾ ਕਿਤੇ ਪਤਾ ਨਹੀਂ ਹੈਗਾ ਜਹਾਜ਼ ਕਿੱਥੇ ਲਿਆ ਕੇ ਮਾਰਨਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੀ ਇਮੀਗ੍ਰੇਸ਼ਨ ਦੇ ਵੀ ਸਾਨੂੰ ਕੁਝ ਨਵੇਂ ਵੀ ਇਹਨਾਂ ਦੇ ਕਮੈਂਟ ਆ ਜਿਹੜੇ ਵੀਰ ਨੇ ਦੱਸਿਆ ਸੀਗਾ ਪਾ ਲਈ ਸਾਡੇ ਪੇਪਰ ਜਿਹੜੇ ਨਿਕਲ ਗਏ ਆ ਇੱਕ ਵੀਰ ਨੂੰ ਆਈ ਥਿੰਕ ਇਹਨੂੰ ਲਾਸਟੋਂ ਨਿਕਲਿਆ ਆ ਉਹਨਾਂ ਨੇ ਜਿਹੜੇ ਹਾਈ ਲਾਸਟ ਜਿਹੜੇ ਪੇਪਰ ਖੁੱਲੇ ਇਹ ਪੇਪਰ ਜਿਹੜੇ ਆਪਣੇ ਭਰੇ ਹੋਏ ਸੀਗੇ ਸੋ ਜਿਹੜੇ ਪੇਪਰ ਆ ਜਿਹ ਵੀਰ ਤੇ ਇਸ ਤੋਂ ਇਲਾਵਾ ਨਵੇਂ ਪੇਪਰਾਂ ਬਾਰੇ ਵੀ ਬਹੁਤ ਪੁੱਛਦੇ ਆ ਪਾਜੀ ਨਵੇਂ ਪੇਪਰ ਕਦੋਂ ਤੱਕ ਨਿਕਲ ਸਕਦੇ ਆ ਆਪਣੇ ਇਸ ਸਾਲ ਨਿਕਲਣਗੇ ਵੀ ਪੇਪਰ ਜਾਂ ਨਹੀਂ ਨਿਕਲਣਗੇ ਨਵੇਂ ਸੁਭਿਰੋਂ ਨਿਕਲਣ ਦੀ ਉਮੀਦ ਤਾਂ ਹੈਗੀ ਹੈ ਕਿਉਂਕਿ ਹਾਲੇ 3 ਸਤੰਬਰ ਹੋਈ ਹੈ ਸੋ ਉਮੀਦ ਤਾਂ ਹੈ ਵੀ ਆਉਣ ਵਾਲੇ ਮਹੀਨੇ ਵਿੱਚ ਕੋਈ ਨਾ ਕੋਈ ਇਨਫੋਰਮੇਸ਼ਨ ਜਿਹੜੀ ਨਵੀਂ ਆਜੂਗੀ ਕਿਉਂਕਿ 25 ਸਤੰਬਰ ਨੂੰ ਜਿਹੜੇ ਇਲੈਕਸ਼ਨ ਜਿਹੜੇ ਹੋ ਜਾਣਗੇ ਇੰਡੀਆ ਵਿੱਚ ਉਸ ਤੋਂ ਬਾਅਦ ਫਿਰ ਜਿਹੜੀ ਨਵੀਂ ਸਰਕਾਰ ਬਣੇਗੀ ਤੇ ਹੋ ਸਕਦਾ ਅਕਤੂਬਰ ਦੇ ਐਂਡ ਤੱਕ ਜਾਂ ਨਵੰਬਰ ਦੇ ਵਿੱਚ ਜਾਂ ਦਸੰਬਰ ਤੱਕ ਨਵੀਂ ਫਲੂਸੀ ਦੀ ਕੋਈ ਅਪਡੇਟ ਆਪਾਂ ਨੂੰ ਮਿਲ ਜੂਵੇ ਤੇ ਇਸ ਤੋਂ ਚੱਲਦੇ ਆ ਇੱਕ ਹੋਰ ਜਿਹੜੀ ਆਪਣੀ ਅਪਡੇਟ ਜਿਹੜੀ ਵੀਰ ਆਪਾਂ ਨੂੰ ਪੁੱਛ ਰਹੇ ਸੀ ਉਹ ਇਹ ਸੀ ਕਿ ਪਾਜੀ ਅਸੀਂ ਆਪਣੀ ਚੇਤਾ ਦੇ ਨਾਂਸ ਜਿਹੜੀ ਅਪਲਾਈ ਕੀਤੀ ਹੋਈ ਹੈ ਤੇ ਅਸੀਂ ਚੇਤਾ ਦੇ ਨਾਂਸ ਆਪਣੀ ਅਪਲਾਈ ਕਰ ਦੁੱਤੀ ਹੈ ਹੁਣ ਅਸੀਂ ਜੇਕਰ ਉਹਦਾ ਦੇਖਣਾ ਹੋਵੇ ਚੇਤਾ ਦੇ ਨਾਂਸ ਸਾਡੇ ਕਿੱਥੇ ਪਹੁੰਚੇ ਅਸੀਂ ਕਿੱਦਾਂ ਚੈੱਕ ਕਰ ਸਕਦੇ ਹਾਂ ਘਰੇ ਬੈਠ ਕੇ ਸੋ ਵੀਰੋ ਆਪਣੀ ਜਿਹੜੀ ਚੇਤਾ ਦੇ ਨਾਂਸ ਹੁੰਦੀ ਹੈ ਜਿਸ ਤੋਂ ਤੁਸੀਂ ਆਪਣਾ ਪ੍ਰਾਤੀਕਾ ਜਿਹੜਾ ਆ ਕਰ ਦੰਨੇ ਆ ਪੂਰਾ ਆਪਣੀ ਪੇਪਰ ਕਰ ਦੰਨੇ ਆ ਚੇਤਾ ਦੇ ਨਾਂਸ ਸਾਡੇ ਭਰ ਦੰਨੇ ਸਾਰਾ ਕੁਝ ਓਕੇ ਕਰ ਦੰਨੇ ਆ ਤੇ ਅਪਲਾਈ ਕਰ ਦੰਨੇ ਆ ਉਸ ਤੋਂ ਬਾਅਦ ਜੇਕਰ ਤੁਸੀਂ ਘਰੇ ਬੈਠ ਕੇ ਉਹਦਾ ਪ੍ਰਾਤੀਕ ਤੇ ਜਿਹੜੀ ਮਿਨਿਸਟਰੀ ਰੋਡਲ ਇੰਟੀਅਰਨੋ ਦੀ ਜਿਹੜੀ ਵੈਬਸਾਈਟ ਹੁੰਦੀ ਹੈ ਉਸ ਵੈਬਸਾਈਟ ਤੋਂ ਤੁਸੀਂ ਜਿਹੜਾ ਆ ਐਂਟਰ ਕਰਕੇ ਉਹ ਤੁਸੀਂ ਚੈੱਕ ਕਰ ਸਕਦੇ ਅੰਦਰ ਬੀਸਿਕਲੀ ਤੁਸੀਂ ਜਦੋਂ ਤੁਸੀਂ ਉਸ ਵੈਬਸਾਈਟ ਦੇ ਅੰਦਰ ਜਾਣਾ ਆ ਤੇ ਤੁਹਾਨੂੰ ਲੈਫਟ ਸਾਈਡ ਦੇ ਉਧਰ ਚੇਤਾ ਦੇ ਨਾਂ ਅਨਸਾਰ ਲਿਖਿਆ ਹੋਣਾ ਕਨਸੁਲਟਾਲਾ ਪ੍ਰਾਤੀਕਾ ਤੇ ਜਿਸ ਵਕਤ ਉਹ ਪੇਜ ਜਿਹੜਾ ਖੁੱਲ ਜਾਂਦਾ ਹੈ ਉਸ ਵਕਤ ਉੱਥੇ ਇੱਕ ਸਾਈਡ ਤੇ ਆਪਸ਼ਨ ਹੁੰਦੀ ਹੈ ਲਿੰਕ ਇਸਤੇਰਨੀ ਲਿੰਕ ਇਸਤੇਰਨੀ ਥੱਲੇ ਹੁੰਦਾ ਵਾਈ ਵਾਲਾ ਪ੍ਰੋਸੀਜੂਰ ਤੇ ਇਹ ਪ੍ਰੋਸੀਜੂਰ ਤੁਸੀਂ ਕਲਿੱਕ ਕਰਕੇ ਆਪਣੇ ਸਪੀਡ ਦੇ ਰਾਈ ਐਂਟਰ ਹੋ ਕੇ ਤੁਸੀਂ ਆਪਣੇ ਜਿਹੜਾ ਪ੍ਰਤੀਕ ਇ ਚੈੱਕ ਕਰ ਸਕਦੇ ਜਿਹੜਾ ਪ੍ਰਤੀਕ ਇ ਤੱਕ ਪਹੁੰਚਿਆ ਇਹ ਬਾਕੀ ਤੁਹਾਨੂੰ ਦੱਸ ਦਈਏ ਜੀ ਇਹ ਜਿਹੜੀ ਵੈਬਸਾਈਟ ਆ ਪਹਿਲਾਂ ਹਮੇਸ਼ਾ ਓਪਨ ਹੁੰਦੀ ਸੀਗੀ ਹੁਣ ਇਹ ਓਪਨ ਨਹੀਂ ਰਹਿੰਦੀ ਇਹ ਦੀ ਜਿਹੜੇ ਡੇਟ ਆ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸੇ ਨੂੰ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲਦੀ ਐ ਤੇ ਸ਼ਨੀਵਾਰ ਨੂੰ ਸਵੇਰ ਨੂੰ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਇਹ ਵੈਬਸਾਈਟ ਜਿਹੜੀ ਓਪਨ ਹੁੰਦੀ ਆ ਤੁਸੀਂ ਜੇ ਚੈੱਕ ਕਰਨਾ ਤੇ ਇਸ ਟਾਈਮ ਦੇ ਵਿੱਚ ਚੈੱਕ ਕਰ ਸਕਦੇ ਆ ਬਾਕੀ ਦਿਨ ਜਿਹੜੀ ਆ ਇਹ ਤੁਹਾਨੂੰ ਬੰਦ ਹੁੰਦੀ ਆ ਇਸ ਤੋਂ ਬਾਅਦ ਵੀ ਅਸੀਂ ਗੱਲ ਕਰਦੇ ਆਂ ਜੀ ਇੱਕ ਹੋਰ ਅਪਡੇਟ ਦੀ ਅਗਲੇ ਜ ਅੱਜ ਜਿਹੜੀ ਅਪਡੇਟ ਇੱਕਾਈ ਹੈ ਇਹ ਅਪਡੇਟ ਜਿਹੜੀ ਹੈ ਜੀ ਇੱਕ ਜਿਹੜੀ ਸਪੇਸ ਦੇ ਵਿੱਚ ਜਿਹੜੀ ਹੈ ਉਹਦੇ ਵਿੱਚ ਇੱਕ ਜਿਹੜੀ ਮਾਕੀਆ ਸੂਲਾਰੇ ਹੁੰਦਾ ਆ ਜਿਹਨੂੰ ਕਿ ਆਪਾਂ ਇੰਗਲਿਸ਼ ਭਾਸ਼ਾ ਦੇ ਵਿੱਚ ਸਨ ਸਪੋਟ ਵੀ ਕਹਿ ਦਿੰਨੇ ਆ ਤੇ ਇਹ ਜਿਹੜਾ ਮਾਕੀਆ ਸੂਲਾਰੇ ਜਿਹੜਾ ਸਨ ਸਪੋਟ ਜਿਹੜਾ ਆ ਜੀ ਇਹ ਜਿਹੜਾ ਆ ਇਹ ਸੂਰਜ ਦੇ ਵਿੱਚੋਂ ਜਿਹੜਾ ਨਿਕਲਦਾ ਆ ਤੇ ਇਹ 5% ਦੇ ਜਿਹੜੇ ਚਾਂਸ ਬਣਦੇ ਆ ਵੀ ਅਗਲੇ 3 ਦਿਨ ਹੈਗੇ ਆ ਉਹ ਜਿਹੜਾ ਇਹ ਧਰਤੀ ਵੱਲ ਨੂੰ ਜਿਹੜਾ ਆ ਸਕਦਾ ਆ ਤੇ ਇਹਦੇ ਵਿੱਚ ਜਿਹੜੇ ਐਕਸਪਲੋਜ਼ਨ ਜਿਹੜੇ ਹੁੰਦੇ ਆ ਉਹ ਇਸ ਇਸ ਮਾਕਿਆ ਸੋਲਾਰੇ ਦੇ ਵਿੱਚ ਜਿਹੜੇ ਕੀ ਕਾਫੀ ਜਿਆਦਾ ਵੱਡੇ ਹੁੰਦੇ ਆ ਜਿਦਾ ਕੀ ਆਪਾਂ ਕਹਿ ਸਕਦੇ ਹਾਂ ਵੀ ਜਿਦਾ ਇਕੱਠੇ ਹੀ ਹਜ਼ਾਰਾਂ ਆਟਮ ਬੰਬ ਜਿਹੜੇ ਇਕੱਠੇ ਚੱਲ ਜਾਣ ਉੰਨੇ ਵੱਡੇ ਐਕਸਪਲੋਜ਼ਨ ਜਿਹੜੇ ਇਹਦੇ ਵਿੱਚ ਹੁੰਦੇ ਆ ਤੇ ਇਸ ਦੇ ਨਾਲ ਜਿਹੜੀਆਂ ਹਵਾਵਾਂ ਹੁੰਦੀਆਂ ਜੀ ਜਿਹੜੀਆਂ ਕੀ ਇੱਕ ਵਿੰਦੂ ਸੋਲਾਰੇ ਜਿਹਨੂੰ ਕਹਿੰਦੇ ਨੇ ਆ ਸੂਰਜ ਦੀਆਂ ਹਵਾਵਾਂ ਜਿਹੜੀਆਂ ਕਾਫੀ ਵਾਇਲੈਂਟ ਹੁੰਦੀਆਂ ਤੇ ਉਹ ਜਿਹੜੀਆਂ ਧਰਤੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਆ ਕਿਉਂਕਿ ਵੈਸੇ ਤਾਂ ਇਹ ਧਰਤੀ ਤੋਂ ਨਾਲੋਂ ਬਹੁਤ ਦੂਰ ਐ ਸੂਇਸ ਕਰਕੇ ਇਹਦਾ ਕੋਈ ਗਰਮੀ ਦਾ ਅ ਪਾਰਿਸ ਤੇ ਚੱਲਦੇ ਹੋਏ ਆ ਜਿਹੜਾ ਹੈ ਅਗਲੇ 3 ਦਿਨਾਂ ਦੇ ਵਿੱਚ ਇੱਕ ਟੈਂਪੈਸਟ ਤੇ ਇੱਕ ਤੂਫਾਨ ਕਹਿ ਸਕਦੇ ਆ ਆ ਸਕਦਾ ਹੈ ਧਰਤੀ ਨੂੰ ਜਿਹੜਾ ਨੁਕਸਾਨ ਪਹੁੰਚਾ ਸਕਦਾ ਹੈ ਤੇ ਧਰਤੀ ਤੇ ਨੁਕਸਾਨ ਜਿਹੜਾ ਹੈ ਬਿਜਲੀ ਜਿਹੜੀ એનર્ਜੀ ਚੱਲਦੀ ਇਲੈਕਟ੍ਰਿਕ ਇਹਨੂੰ ਹੋ ਸਕਦਾ ਆ ਜਿਹੜੀਆਂ ਸੈਟਲਾਈਟ ਲੱਗੀਆਂ ਹੋਈਆਂ ਬਾਹਰ ਨੂੰ ਨੁਕਸਾਨ ਹੋ ਸਕਦਾ ਇੰਟਰਨੈਟ ਨੂੰ ਨੁਕਸਾਨ ਹੋ ਸਕਦਾ ਇਸ ਨੂੰ ਚੱਲਦੇ ਆ ਇਸ ਨੂੰ ਜੀਓ ਮੈਗਨੇਟਿਕ ਜਿਹੜੇ ਟੈਂਪੈਸਟ ਕਿਹਾ ਜਾਂਦਾ ਆ ਤੇ ਮੈਗਨੇਟਿਕ ਫੀਲਡ ਦੇ ਉੱਤੇ ਜਿਹੜਾ ਅਸਰ ਪਾਉਂਦਾ ਹੈ ਜਿਹੜੇ ਤੂਫਾਨ ਹਵਾਵਾਂ ਹੁੰਦੀਆਂ ਜੇਕਰ ਕੋਈ ਜੜਾ ਤੂਫਾਨ ਜੜਾ ਜੀ ਹਿੱਟ ਕਰ ਜਵੇ ਤਾਂ ਉਸ ਵਕਤ ਐਕਸਪੋਰਟਸ ਦਾ ਕਹਿਣਾ ਹੈ ਵੀ ਸਾਨੂੰ ਜਿਹੜੀ ਤਰਤੀ ਆਪਣੀ ਦਾ ਹੋ ਸਕਦੀ ਵੀ ਦੁਬਾਰਾ ਜਦੋਂ ਆਪਾਂ ਮਿਡਲ ਏਜ ਦੇ ਵਿੱਚ ਪਹੁੰਚ ਜਾਈਏ ਮਿਡਲ ਏਜ ਦਾ ਮਤਲਬ ਪਹੁੰਚਣ ਦਾ ਵੀ ਇਲੈਕਟ੍ਰਿਕ ਬੰਦ ਹੋ ਸਕਦੀ ਹੈ ਬਿਜਲੀ ਸੈਟਲਾਈਟ ਬੰਦ ਹੋ ਸਕਦਾ ਇੰਟਰਨੈਟ ਬੰਦ ਹੋ ਸਕਦਾ ਤੇ ਜਿਹੜਾ ਹੈ ਕਈ ਹਫ਼ਤੇ ਜਾਂ ਕਈ ਮਹੀਨੇ ਵੀ ਜਿਹੜਾ ਇਹ ਕੰਮ ਹੋ ਸਕਦਾ ਪਰ ਉਹਨਾਂ ਨੇ ਕਿਹਾ ਵੀ ਫਿਲਹਾਲ ਫੋਰਚੂਨੇਟਲੀ ਰਿਸਕ ਸਿਰਫ 5 ਪਰਸੈਂਟੇਜ ਚੀਜ਼ ਦਾ ਵੀ ਇਹ ਚੀਜ਼ ਤਰਤੀ ਦੇ ਨਾਲ ਹੋਵੇ ਪਰ ਇਹ ਨੂੰ ਉਸਟੀ ਇਗਨੋਰ ਨਹੀਂ ਕਰ ਸਕਦੇ ਸੋ ਵੀਰੋ ਬਾਕੀ ਹੈਗੇ ਜੀ ਆਪਣੀਆਂ ਜਿੱਦੀਆਂ ਕੁਝ ਨਵੀਆਂ ਅਪਡੇਟਸ ਅਸੀਂ ਕੋਸ਼ਿਸ਼ ਕਰੀਦੀ ਆ ਵੀ ਜਿਹੜੀਆਂ ਤੁਹਾਨੂੰ ਕਾਫੀ ਵਿੱਚ ਖਬਰਾਂ ਜਿਹੜੀਆਂ ਐਡ ਕਰ ਦਿੱਤੀਆਂ ਜਾਣ ਕਿ ਜੀਐਸਏਜ ਗਰੁੱਪ ਦੇ ਵੀ ਆਪਾਂ ਨੂੰ ਜਿਹੜੀਆਂ ਖਬਰਾਂ ਸੁਣਦੇ ਆ ਉਹਨੂੰ ਸਾਰਿਆਂ ਦੇ ਵਾਸਤੇ ਕੁਝ ਇੰਟਰਸਟਿੰਗ ਜਿਹੜੇ ਖਬਰਾਂ ਵਿੱਚ ਜ਼ਰੂਰ ਲੈ ਕੇ ਆਈਏ ਸਾਨੂੰ ਉਮੀਦ ਹੈ ਤੁਹਾਨੂੰ ਸਾਡਾ ਕੰਮ ਪਸੰਦ ਆਉਂਦਾ ਹੋਊਗਾ ਜੇ ਪਸੰਦ ਆਉਂਦਾ ਤੁਸੀਂ ਕੰਮ ਨੂੰ ਲਾਈਕ ਸ਼ੁਰੂ ਕਰਦੇ ਕਰੋ ਨਾਲ ਸਬਸਕ੍ਰਾਈਬ ਸ਼ੁਰੂ ਕਰ ਲਿਆ ਕਰੋ ਅੱਜ ਵਾਸਤੇ ਇਹਨੇ ਜੀ ਮਿਲਦੇ ਆ ਕੱਲ ਦੀ ਅਪਡੇਟ ਦੇ ਨਾਲ ਆਪਣੇ ਤਾਂ ਆਪਣੀ ਪਰਵਾਹ ਦਾ ਖਿਆਲ ਰੱਖਿਓ ਸਾਰਿਆਂ ਨੂੰ ਹੈਪੀ ਵੀਕ ਐਂਡ ਸਾਡੇ ਵੱਲੋਂ